ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬੀ ਰੀਡਰ 4ਏ 2020 ਐਡੀਸ਼ਨ ਲੈਸਨ ਨੰਬਰ 9 ਤੁਹਾਨੂੰ ਜੀ ਆਇਆਂ ਨੂੰ ਅੱਜ ਅਸੀਂ ਇੱਕ ਛੋਟਾ ਜਿਹਾ ਪੈਰਾਗ੍ਰਾਫ ਪੜਾਂਗੇ ਉਹਦੇ ਵਿੱਚ ਇੱਕ ਨਵੀਂ ਚੀਜ਼ ਵੀ ਸਿੱਖਾਂਗੇ ਤੇ ਪੰਜਾਬੀ ਦੇ ਕੁਝ ਅੱਖਰਾਂ ਦਾ ਆਪਾਂ ਰਿਵਿਊ ਕਰਾਂਗੇ ਲੈਸਨ 9.1 ਰੱਬ ਦੇ ਨਾਮ ਨੇਮਸ ਆਫ ਵਾਹਿਗੁਰੂ ਇੱਥੇ ਲਿਖਿਆ ਪੈਰਾ ਪੜੋ ਪੈਰਾ ਮੀਨਸ ਪੈਰਾਗ੍ਰਾਫ ਇਸ ਵਿੱਚ ਛੋਟੇ ਰਾਰੇ ਵਾਲੇ ਸ਼ਬਦਾਂ ਦੇ ਦੁਆਲੇ ਗੋਲ ਚੱਕਰ ਬਣਾਓ ਠੀਕ ਹੈ ਛोटा रारा इज द स्मॉल रारा ਵੀ ਪੁਟ ਅੰਡਰ ਅ ਇ ਲੈਟਰ ਇਸ कॉल्ड पेरी रारा ਔਰ ਛੋਟਾ ਰਾਰਾ ਐਂਡ ਇਟ ਮੇਕਸ ਅ ਸ਼ਾਰਟਰ ਰੂ ਸਾਉਂਡ ਠੀਕ ਹੈ ਨਾ ਰਾ ਸਾਉਂਡ ਬਟ ਰੂ ਅਮਰਤ ਸੋ ਇਫ ਵੀ ਡਨਟ ਹੈਵ ਦਾ ਛੋਟਾ ਰਾਰਾ ਵੀ ਵਿਲ ਸੇ ਅਮਰਤ ਬਟ ਵੀ ਸੇ ਅਮਰਤ ਇੱਕ ਛੋਟਾ ਬੱਚਾ ਸੀ ਉਹ ਖਾਲਸਾ ਸਕੂਲ ਵਿੱਚ ਪੜਦਾ ਸੀ ਇੱਕ ਦਿਨ ਅਮਰਤ ਨੇ ਆਪਣੇ ਮਾਤਾ ਜੀ ਨੂੰ ਪ੍ਰਸ਼ਨ ਪੁੱਛਿਆ ਇਫ ਵੀ ਡਿਡਨਟ ਹੈਵ ਛੋਟਾ ਰਾਰਾ ਵੈਡ ਹਾਊ ਲਾਰਾਰਾ ਵੀ ਵਿਲ ਸੇ ਪਰਸ਼ਨ ਬਟ ਵੀ ਸੇ ਪ੍ਰਸ਼ਨ ਮਾਤਾ ਜੀ ਰੱਬ ਦੇ ਕਿੰਨੇ ਨਾਂ ਹਨ ਮਾ ਨੇ ਕਿ ਆਪ ਅਮਰਤ ਬੇਟੇ ਰੱਬ ਦੇ ਬਹੁਤ ਨਾਂ ਹਨ ਕਈ ਲੋਕ ਰੱਬ ਨੂੰ ਪਰਮਾਤਮਾ ਕਹਿੰਦੇ ਹਨ ਸੋ ਇਫ ਵੀ ਡਿਡਨਟ ਹੈਵ ਪੈਰਾਰਾ ਵੀ ਵਿਲ ਸੇ ਪਰਮਾਤਮਾ ਬਟ ਵੀ ਸੇ ਪ੍ਰਮਾਤਮਾ ਪ੍ਰਮਾਤਮਾ ਰ ਛੋਟਾ ਰ ਆ ਠੀਕ ਹੈ ਕਈ ਲੋਕ ਰੱਬ ਨੂੰ ਵਾਹਿਗੁਰੂ ਕਹਿੰਦੇ ਹਨ ਪ੍ਰਭ ਅਤੇ ਪ੍ਰਭੂ ਵੀ ਰੱਬ ਦੇ ਨਾਂ ਹਨ ਸੋ ਇਫ ਵੀ ਡਿਡਨਟ ਹੈਵ ਛੋਟਾ ਰ ਆ ਵੀ ਹੈਡ ਫੁੱਲ ਰ ਆ ਵੀ ਸੇ ਪਰਬ ਔਰ ਪ੍ਰਭੂ ਰਾਈਟ ਬਟ ਵੀ ਸੇ ਪ੍ਰਭ ਐਂਡ ਪ੍ਰਭੂ ਕਈ ਲੋਕ ਰੱਬ ਨੂੰ ਅੱਲਾ ਕਹਿੰਦੇ ਹਨ ਕਈ ਲੋਕ ਰੱਬ ਨੂੰ ਗਾਡ ਕਹਿੰਦੇ ਹਨ ਕਈ ਲੋਕ ਰੱਬ ਨੂੰ ਭਗਵਾਨ ਜਾਂ ਈਸ਼ਵਰ ਜੋ ਪਰਮਾਤਮਾ ਕਹਿੰਦੇ ਹਨ ਠੀਕ ਹੈ ਸੋ ਪਰਮਾਤਮਾ ਕੈਨ ਬੀ ਰਿਟਨ ਪਰਮਾਤਮਾ অর ਪਰਮਾਤਮਾ ਪਰਮਾਤਮਾ ਮੀਨਸ ਦਾ ਗ੍ਰੇਟੈਸਟ ਸੋਲ ਕਈ ਲੋਕ ਪਰਮੇਸ਼ਰ ਕਹਿੰਦੇ ਹਨ ਰੱਬ ਦੇ ਸਾਰੇ ਹੀ ਨਾਂ ਠੀਕ ਹਨ ਇਸ ਪੈਰੇ ਵਿੱਚ 97 ਵਰਡਸ ਨੇ ਜੇ ਤੁਸੀਂ 40 ਸ਼ਬਦ ਇੱਕ ਮਿੰਟ ਵਿੱਚ ਪੜ੍ਹਦੇ ਹੋ ਤੁਹਾਨੂੰ ਇਹ 2 ਮਿੰਟ ਤੋਂ ਘੱਟ ਲੱਗਣਗੇ ਪੜ੍ਹਨ 'ਚ ਠੀਕ ਹੈ राइट आंसर टू द क्वेश्चन रब ਦੇ ਕੀ ਕੀ ਨਾਂ ਹਨ ਸ ਤੁਸੀਂ ਇਹਦੇ ਵਿੱਚੋਂ ਦੋ ਕੰਮ ਕਰਨੇ ਨੇ ਇੱਕ ਤੇ ਤੁਸੀਂ ਸਰਕਲ ਕਰਨੇ ਨੇ ਜਿਹੜੇ ਛੋਟੇ ਰਾਰੇ ਵਾਲੇ ਸ਼ਬਦ ਠੀਕ ਹੈ ਦੂਸਰਾ ਤੁਸੀਂ ਕਰੋਗੇ ਕਿ ਜਿਹੜੇ ਰੱਬ ਦੇ ਨਾਂ ਨੇ ਇੱਥੇ ਉਹਨਾਂ ਨੂੰ ਤੁਸੀਂ ਇੱਥੇ ਲਿਖੋਗੇ ਠੀਕ ਹੈ ਸੋ ਅਮਰਤ ਇਸ ਛੋਟਾ ਰਾਰਾ ਵਾਲਾ ਸ਼ਬਦ ਹੋਰ ਕਿਹੜਾ ਸੀ अगेन वन ਮੋਰ ਅਮਰਤ ਦੈਨ ਪ੍ਰਸ਼ਨ ਰਾਈਟ ਸੋ ਇਸ ਤਰ੍ਹਾਂ ਤੁਸੀਂ ਅਮ ਸਾਰੇ ਸਰਕਲ ਕਰੋਗੇ ਫਿਰ ਤੁਸੀਂ ਰੱਬ ਦੇ ਨਾਮ ਨੂੰ ਪਰਮਾਤਮਾ ਸੋ ਐ ਤੁਸੀਂ ਪਰਮਾਤਮਾ ਨੂੰ ਇੱਥੇ ਲਿਖੋਗੇ ਠੀਕ ਹੈ ਤੇ ਵਾਿਗੁਰੂ ਇਹਨੂੰ ਇੱਥੇ ਲਿਖੋਗੇ ਸੋ ਇਸ ਤਰ੍ਹਾਂ ਕਰਕੇ ਤੁਸੀਂ ਅਮ ਸਾਰੇ ਨਾਮ ਰੱਬ ਦੇ ਇੱਥੇ ਲਿਖੋਗੇ ਫਿਰ ਲੈਸਨ 9.2 9.2 ਛੋਟਾ ਹਾ ਹ ਤੇ ਛੋਟਾ ਰਾਰਾ ਠੀਕ ਹੈ ਸੋ ਅਸੀਂ ਹੁਣੇ ਛੋਟੇ ਰਾਰੇ ਵਾਲੇ ਪਰ ਇਸੀ ਛੋਟਾ ਹਾਹਾ ਵੀ ਹੈਗਾ ਠੀਕ ਹੈ ਛੋਟਾ ਹਾਹਾ ਚੇਂजेस द मीनिंग ਐਂਡ ਪਰਨੰਸੀਏਸ਼ਨ ਆਫ ਵਰਡ ਸੋ ਸੋ ਇਹਨਾਂ ਨੂੰ ਅੱਧੇ ਅੱਖਰ ਜਾਂ ਛੋਟੇ ਅੱਖਰ ਕਹਿੰਦੇ ਆ ਠੀਕ ਹੈ ਉਹਨਾਂ ਦੀ ਆਵਾਜ਼ ਛੋਟੀ ਹੁੰਦੀ ਹੈ ਇਸ ਪਾਠ ਵਿੱਚ ਅਸੀਂ ਛੋਟਾ ਹਾਹਾ ਤੇ ਛੋਟਾ ਰਾਰਾ ਸਿੱਖਾਂਗੇ ਦੇਰ ਇਜ਼ ਅਨਦਰ ਵਨ ਛੋਟਾ ਵਵਾ ਵੀ ਹੈਗਾ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਾਪ ਸਾਹਿਬ ਵਿੱਚ ਕਾਫੀ ਵਰਤੇ ਆ chota ha is written like this chota ha changes the meaning and pronunciation of words chota rara is written like this um, chota rara does not change the meaning but it changes pronunciation of the words we may use big rara instead of chota rara oops i'm missing in, in, in a here ha likhya para ਛੋਟੇ ਹਾਹੇ ਵਾਲੇ ਸ਼ਬਦਾਂ ਦੇ ਗੁਆਲੇ ਦੁਆਲੇ ਗੋਲ ਚੱਕਰ ਬਣਾਓ ਠੀਕ ਹੈ ਨਾ ਵੀ ਆਰ ਲੁਕਿੰਗ ਐ ਛੋਟਾ ਰਾਰਾ ਹਾ ਹਾ ਸਭ ਲੋਕ ਵੱਖਰੀ ਜਗਾ ਤੇ ਬੈਠ ਕੇ ਪੜਦੇ ਹਨ ਕਈ ਲੋਕ ਕਮਰੇ ਦੇ ਪਰਦੇ ਬੰਦ ਕਰ ਲੈਂਦੇ ਹਨ ਲਾਈਟ ਜਗਾ ਲੈਂਦੇ ਹਨ ਕਈ ਲੋਕ ਡੈਸਕ ਤੇ ਪੜਦੇ ਹਨ ਕਈ ਲੋਕ ਬਿਸਤਰੇ ਵਿੱਚ ਪੜਦੇ ਹਨ ਅਤੇ ਕਈ ਲੋਕ ਲਾਇਬ੍ਰੇਰੀ ਵਿੱਚ ਜਾ ਕੇ ਪੜਦੇ ਹਨ ਸੋ ਹੇਅਰ ਯੂ ਗੋ ਪੜਦੇ ਜਗਾ ਰਾਈਟ ਪਰਦੇ ਐਂਡ ਥਿਸ ਇਜ਼ ਪਰਦੇ ਮੀਨਸ ਕਰਟਨਸ ਐਂਡ ਥਿਸ ਇਜ਼ ਪਰਦੇ ਮੀਨਸ ਸਟੱਡੀ ਐਂਡ ਥੇਅਰ ਇਜ਼ ਓਨਲੀ 49 ਵਰਡਸ ਇਨ ਥਿਸ ਵਨ ਠੀਕ ਹੈ ਰਾਈਟ ਦਾ ਐਂਸਰ ਟੂ ਦਾ ਕੁਐਸਚਨ ਤੁਸੀਂ ਕਿੱਥੇ ਬੈਠ ਕੇ ਪੜਦੇ ਹੋ ਤੁਸੀਂ ਕਹਿ ਸਕਦੇ ਹੋ ਮੈਂ ਡੈਸਕ ਤੇ ਬੈਠ ਕੇ ਪੜਦਾ ਹਾਂ ਮੈਂ ਕੁਰਸੀ ਤੇ ਬੈਠ ਕੇ ਪੜਦਾ ਹਾਂ ਮੈਂ ਬਿਸਤਰੇ ਵਿੱਚ ਪੜਦਾ ਹਾਂ ਮੈਂ ਹੀਠਾਂ ਬੈਠ ਕੇ ਪੜਦਾ ਹਾਂ ਜਾਂ ਪੜਦੀ ਹਾਂ ਠੀਕ ਹੈ ਜੋ ਜਿੱਥੇ ਵੀ ਤੁਸੀਂ ਪੜਦੇ ਹੋ ਮੋਰ ਐਗਜ਼ਾਮਪਲਸ ਆਫ ਵਰਡਸ ਵਿਦ ਛੋਟਾ ਹਾਹਾ Read the words and sentences. So there's only two altogether 54 words here. J -g -a. Jaga. Jaga Jaga is place. Teri Batan -d -d Oops. Oh, there should be no d here. So let's cross it out. So it's not confusing. It should have been only pad. Okay, so let's just do this. Okay, so now Purda Pad means read. Ah, Punjabi di kita pad. Right? We have a ha-ha, we say Purda d a Purda Purda means reads a e boy. Munda bod kita ba hai. heh. -e. Purda the a ਪੜਦੇ ਮੀਨਜ਼ ਰੀਡ ਬੋਇਜ਼ ਮੁੰਡੇ ਬਹੁਤ ਕਿਤਾਬਾਂ ਪੜਦੇ ਹਨ ਇਟ ਸ਼ੁਡ ਬੀ ਰੀਡ ਪੜਦੀ ਪੜਦੀ ਮੀਨਜ਼ ਰੀਡਸ ਕੁੜੀ ਬਹੁਤ ਕਿਤਾਬਾਂ ਪੜਦੀ ਹੈ ਪੜਦੀ ਅ ਪੜਦੀਆ ਮੀਨਜ਼ ਰੀਡ ਗਰਲ ਗਰਲਜ਼ ਮੋਰ ਦੈਨ 1 ਗਰਲ ਕੁੜੀਆਂ ਬਹੁਤ ਕਿਤਾਬਾਂ ਪੜਦੀਆਂ ਹਨ ਗ ਅ ਲ ਗਲ Gull is cheek. Baby, the gull lal hai. Bull. There should be a duck here. I forgot the adak. Bull. Bull is lips or lip. Bull na chill. Don't peel your lips. More examples of words with chota rara. And there are 42 words all together. Prabhu. Prabhu. Prabhu is God. Prabhu ate. Prabhu ikhi na han. This is pink. prince prince means prince sona hai prince se shehzada also a son of a king purm prem means love prem nal prabhu da naam japo amrit amrit amritane amrit chakya hai so this is amrita amne amrit chakya hai prasad prasad gurudware ਕੜਾ ਪ੍ਰਸ਼ਾਦ ਮਿਲਦਾ ਹੈ ਕਿਰਪਾਨ 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 ਇੱਕ ਕਕਾਰ ਹੈ ਪ੍ਰਸ਼ਨ ਪ੍ਰਸ਼ਨ ਪ੍ਰੈਸ਼ਨ ਇਸ ਕੁਐਸਚਨ ਪ੍ਰਸ਼ਨ ਦਾ ਉੱਤਰ ਲਿਖੋ ਠੀਕ ਹੈ ਸੋ ਥੀਸ ਵਰਡਸ ਆ ਰੀਲੀ ਇੰਪੋਰਟੈਂਟ ਮੇਕ ਸ਼ੋਰ ਯੂ ਲਰਨ ਥੈਮ ਸੋ Let me delete this one there you go um so the monday homework chhota ha haan chhota rara write the meanings of these words and copy them four times so here jinna means those who copy the word jinna 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 gall gall is cheek gall gall gal, gall gall theek hai bull pad padda paddi paddiyan prasad prashan amrit kirpan theek hai eh sari shabad tusi pade hoye ne tuesday homework start the timer read the paragraph on pages 33 34 so ese par recina eh wala paragraph te eh wala paragraph te ethe question hai ga theek hai you can also read these i think that'll be helpful um wednesday homework copy the rub de naam paragraph on page 33 the one on top and the previous page theek hai thursday homework learn the numbers and punjabi words copy them so this one say 36 37 38 39

and numbers. These are the Gurmukhi numbers and you will copy them here. And that was the lesson for today. It's not hard, right? It's not difficult at all. I think you got it. Um, it's a critical skill because it helps you with spelling better and reading better. And make sure you do your homework and I will see you next time. Until then, Ka Khalsa, Ki Fateh.